ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, the question is half of a herd of deer are grazing in the field and 3/4 of the remaining are playing nearby. The rest 9 are drinking water from the pond. Find the number of deer in the herd. The half jehdi herd of deer hai oh grazing kar rahi hai field de vich te 3/4 of jehdi remaining bachi hai oh play khel rahi hai theek hai te baki di bachi 9 pani pee rahi hai gi hai pond de vich te sanu number of deer find karni hai theek hai। ਅਸੀਂ ਲੈਟ ਲੈ ਲਉਂਗੇ। ਲੈਟ ਦਾ ਨੰਬਰ ਆਫ ਡੀਅਰ, ਲੈਟ ਦਾ ਨੰਬਰ ਆਫ ਡੀਅਰ ਇਜ਼ ਇਕੁਅਲ ਟੂ ਐਕਸ। ਨੰਬਰ ਆਫ ਡੀਅਰ ਐਕਸ ਹੈ ਠੀਕ ਹੈ ਜਿਹੜੀ ਹਰਡ ਦੇ ਅੰਦਰ ਹੈ ਠੀਕ ਹੈ। ਤਾਂ ਹੁਣ ਉਹਨਾਂ ਨੇ ਅੱਗੇ ਕੀ ਕਿਹਾ ਹੈ ਕਿ ਹਾਫ ਆਫ ਹਰਡ ਆਫ ਡੀਅਰ ਆਰ ਗ੍ਰੇਜ਼ਿੰਗ। ਤਾਂ ਇਹ ਸਾਡਾ ਨੰਬਰ ਹੈ ਐਕਸ, ਤਾਂ ਹਾਫ ਕੀ ਹੋਇਆ ਐਕਸ ਬਾਈ ਟੂ, ਤੇ ਐਕਸ ਬਾਈ ਟੂ ਕੀ ਕਰ ਰਹੀ ਹੈ ਗ੍ਰੇਜ਼ਿੰਗ। ਤਾਂ ਅਸੀਂ ਲਿਖ ਦੂੰਗੇ ਐਕਸ ਬਾਈ ਟੂ ਆਰ ਗ੍ਰੇਜ਼ਿੰਗ ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ 3/4 ਆਫ ਦਾ ਰਿਮੇਨਿੰਗ ਆਰ ਪਲੇਇੰਗ। ਰਿਮੇਨਿੰਗ ਦੀ 3/4, ਰਿਮੇਨਿੰਗ ਕਿੰਨੀ ਹੈ ਸਾਡੀ, ਰਿਮੇਨਿੰਗ ਕਿੰਨੀ ਹੈ ਸਾਡੀ, ਹਾਫ ਤਾਂ ਗ੍ਰੇਜ਼ ਕਰ ਰਹੇ ਤਾਂ ਹਾਫ ਹੀ ਬਚੀ, ਹਾਫ ਦਾ 3/4 ਕੀ ਕਰ ਰਿਹਾ ਪਲੇਇੰਗ ਕਰ ਰਿਹਾ ਆਰ ਪਲੇਇੰਗ ਠੀਕ ਹੈ। ਤਾਂ ਇਹ ਕੀ ਹੋ ਜਾਊਗਾ 3x/8 ਆਰ ਪਲੇਇੰਗ ਠੀਕ ਹੈ, ਆਰ ਪਲੇਇੰਗ ਆ ਗਿਆ ਠੀਕ ਹੈ। ਉਸ ਤੋਂ ਬਾਅਦ ਅੱਗੇ ਕੀ ਕਿਹਾ ਉਹਨਾਂ ਨੇ ਕਿ ਦ ਰੈਸਟ 9 ਆਰ ਡਰਿੰਕਿੰਗ ਵਾਟਰ ਫਰੋਮ ਦਾ ਪੋਂਡ, ਤੇ ਬਾਕੀ ਦੀ ਬਚੀ ਜਿਹੜੀ 9 ਹੈ ਉਹ ਪੋਂਡ ਚੋਂ ਪਾਣੀ ਪੀ ਰਹੀ ਹੈ ਠੀਕ ਹੈ। ਤਾਂ ਬਿਲਕੁਲ ਫਾਈਨਲ ਰਿਮੇਨਿੰਗ ਕਿੰਨੀ ਹੋਈ, ਕਿੰਨੀ ਹੋ ਜੂਗੀ, ਹਾਫ ਬਚੀ ਠੀਕ ਹੈ, ਤੇ ਹਾਫ ਤੇ 3/4 ਜਿਹੜੀ ਸੀ ਉਹ ਖੇਡ ਰਹੀ ਸੀਗੀ, ਤੇ ਬਚੀ ਕਿੰਨੀ 1/4 ਠੀਕ ਹੈ। ਇਹ ਕਿਹਦੇ ਇਕੁਅਲ ਉਹਨਾਂ ਨੇ ਦੱਸਿਆ 9 ਦੇ ਇਕੁਅਲ। ਇਹ ਸਾਡੀ ਫਾਈਨਲੀ ਜਿਹੜੀ ਰੈਸਟ ਰਿਮੇਨਿੰਗ ਹੈ ਉਹ ਹੈ ਜਿਹੜੀ 9 ਦੇ ਇਕੁਅਲ ਹੈ ਠੀਕ ਹੈ। ਤਾਂ ਹੁਣ ਇਸ ਨੂੰ ਅਸੀਂ ਸੋਲਵ ਕਰ ਲਵਾਂਗੇ ਕਿ ਹੋ ਜਾਊਗਾ x/8 ਇਜ਼ ਇਕੁਅਲਸ ਟੂ 9 ਠੀਕ ਹੈ। ਹੁਣ ਇੱਥੋਂ ਸਾਡੀ x ਦੀ ਵੈਲਿਊ ਨਿਕਲ ਜੂਗੀ, x ਇਜ਼ ਇਕੁਅਲਸ ਟੂ ਇਹ ਡਿਵਾਈਡ ਚ ਇੱਧਰ ਜਾ ਕੇ ਮਲਟੀਪਲਾਈ ਹੋ ਜਾਊਗਾ 9 × 8, ਯਾਨੀ ਕਿ x ਕਿੰਨਾ ਆ ਜਾਊਗਾ 72 ਠੀਕ ਹੈ। x 72 ਆ ਗਿਆ, ਸਾਨੂੰ ਇਹ ਫਾਈਂਡ ਕਰਨਾ ਸੀ x ਕੀ ਸੀ ਨੰਬਰ ਆਫ ਡੀਅਰ। ਤਾਂ ਅਸੀਂ ਲਿਖ ਦੂੰਗੇ ਨੰਬਰ ਆਫ ਡੀਅਰ ਇਜ਼ ਇਕੁਅਲ ਟੂ 72 ਠੀਕ ਹੈ। ਇਹ ਸਾਡਾ ਆਨਸਰ ਹੈ। ਥੈਂਕ ਯੂ।